ਦੋਸਤੋ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਮੌਜੂਦ ਨੇ। ਧਾਲੀਵਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਜੁੜੇ ਹੋਏ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਧਾਲੀਵਾਲ ਸਾਹਿਬ, ਸਰਪੰਚੀ ਦੀ ਚੋਣ ਇਹੋ ਜਿਹੀ ਇੱਕ ਇਲੈਕਸ਼ਨ ਹੁੰਦੀ ਹੈ ਕਿ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਹੀ ਵਿਆਹ ਵਰਗਾ ਚਾਅ ਹੁੰਦਾ, 5 ਸਾਲ ਬਾਅਦ ਚੋਣ ਹੁੰਦੀ ਹੈ। ਸੋ ਇਸ ਵਾਰ ਵੀ ਬੜੀਆਂ ਕਿਆਸ ਰਾਈਆਂ ਨੇ ਪੰਜਾਬੀ। ਕਦੇ ਪਹਿਲਾਂ ਕਹਿੰਦੇ ਸੀ ਨਵੰਬਰ ਦੇ ਵਿੱਚ ਚੋਣ ਹੋਊਗੀ, ਫਿਰ ਕਹਿੰਦੇ ਕਿ ਦਸੰਬਰ ਦੇ ਵਿੱਚ ਚੋਣ ਹੋਊਗੀ, ਦਸੰਬਰ ਦੇ ਅੱਧ ਦੇ ਵਿੱਚ ਚੋਣ ਜਾਬਤਾ ਲੱਗ ਜਾਊਗਾ, ਤਮਾਮ ਤਰ੍ਹਾਂ ਦੀਆਂ ਗੱਲਾਂ ਸਾਰੀਆਂ ਉਹ ਨਿਕਲ ਕੇ ਆਉਂਦੀਆਂ ਰਹੀਆਂ। ਪਿਛਲੀ ਚੋਣ ਹੋਈ ਸੀ 30 ਦਸੰਬਰ 2018 ਨੂੰ, ਜਦੋਂ ਕੈਪਟਨ ਸਾਹਿਬ CMC ਪੰਜਾਬ ਦੇ, ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮਾਨ ਸਾਹਿਬ ਪੰਜਾਬ ਦੇ CM ਨੇ। ਸੋ ਸਰਪੰਚੀ ਬਾਰੇ ਅਸੀਂ ਤੁਹਾਡੇ ਤੋਂ ਜੇ ਹੁਣ ਤੱਕ ਡਿਵੈਲਪਮੈਂਟ ਵੀ ਸਮਝਾਂਗੇ ਕਿਹੜੀ ਤਰੀਕਾਂ ਦੀ ਹੋਈ, ਤੇ ਨਾਲੋਂ ਨਾਲ ਜਿਵੇਂ ਮਾਨ ਸਾਹਿਬ ਕਹਿੰਦੇ ਨੇ ਕਿ ਜਿਹੜਾ 40 ਲੱਖ ਲਾ ਕੇ ਸਰਪੰਚ ਬਣੂਗਾ ਸਾਡੇ ਕੋਲ ਨਾ ਆਇਓ, 40 ਲੱਖ ਦਾ 80 ਨਹੀਂ ਸਾਡੇ ਕੋਲ ਹੁੰਦਾ, ਆਮ ਘਰਾਂ ਦੇ ਵਿੱਚੋਂ ਸਰਪੰਚ ਬਣਾਵਾਂਗੇ ਪਹਿਲਾਂ। ਫਿਰ ਗੱਲ ਚੱਲੀ ਕਿ ਜਨਵਰੀ ਦੇ 3ਜੇ ਹਫ਼ਤੇ ਦੇ ਵਿੱਚ ਚੋਣ ਹੋ ਸਕਦੀ ਹੈ, ਦਸੰਬਰ ਦੇ ਅੱਧ ਦੇ ਵਿੱਚ ਚੋਣ ਜਾਬਤਾ ਲੱਗ ਸਕਦਾ, ਦਸੰਬਰ ਦਾ ਅੱਧ ਤਾਂ ਨਿਕਲ ਗਿਆ ਪਰ ਜਨਵਰੀ ਹਜੇ ਪਈ ਹੈ। ਸੋ ਡਾਕਟਰ ਸਾਹਿਬ ਹੋਰ ਗੱਲਾਂ ਵੀ ਦੱਸਿਓ ਸਰਪੰਚੀ ਬਾਰੇ ਕਿ ਸੱਚਮੁੱਚ ਜਿਹੜੀ ਇਸ ਵਾਰ ਇਲੈਕਸ਼ਨ ਹੋਣ ਜਾ ਰਹੀ ਹੈ ਇਹ ਨੋਰਮਲ ਇਲੈਕਸ਼ਨ ਹੋਊਗੀ, ਕਰਪਸ਼ਨ ਨਹੀਂ ਹੋਊਗੀ, ਸ਼ਰਾਬ ਡਾਂਗ ਸੋਟਾ ਪੈਸਾ ਨਹੀਂ ਚੱਲੂਗਾ? ਸੋ ਕਿਸ ਤਰ੍ਹਾਂ ਦਾ ਆਪਣਾ ਵਿਊ ਪੁਆਇੰਟ ਹੈ ਡਾਕਟਰ ਸਾਹਿਬ ਇਸ ਗੱਲ ਦੇ ਉੱਪਰ ਜੀ? ਇਹਨੂੰ ਆਪਾਂ ਜੇ ਦੂਜੀ ਤਰ੍ਹਾਂ ਦੇਖੀਏ, ਦੇਖੋ ਇੱਕ ਤਾਂ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹ ਜਿਹੜੀ ਪਿਛਲੀ ਪੰਚਾਇਤ ਇਲੈਕਸ਼ਨ, ਮਿਊਨਸਪੈਲਿਟੀਜ਼ ਦੀ ਇਲੈਕਸ਼ਨ, ਨੋਟੀਫਾਈਡ ਏਰੀਆ ਕਮੇਟੀਜ਼ ਦੀਆਂ ਇਲੈਕਸ਼ਨਾਂ, ਸ਼ਹਿਰਾਂ ਦੀਆਂ ਇਲੈਕਸ਼ਨਾਂ ਜਾਂ ਪਿੰਡਾਂ ਦੀਆਂ ਇਲੈਕਸ਼ਨਾਂ, ਉਸ ਤੋਂ ਬਾਅਦ ਵਿੱਚ ਹੋਂਦ 'ਚ ਆਈ, ਇਹਨੇ ਸੱਤਾ ਸੰਭਾਲੀ। ਸੋ ਇਸ ਕਰਕੇ ਆਪਾਂ ਨੂੰ ਇਸ ਕਹਿਣ 'ਚ ਕਿਤੇ ਹਿੱਚ ਨਹੀਂ ਕਿ ਜਿਹੜੀਆਂ ਪਹਿਲਾਂ ਪੰਚਾਇਤਾਂ ਜਾਂ ਮਿਊਨਸਪੈਲਿਟੀ ਕਮੇਟੀਆਂ ਜਾਂ ਨੋਟੀਫਾਈਡ ਏਰੀਆ ਕਮੇਟੀਆਂ ਦੇ ਪ੍ਰਧਾਨ ਚੁਣੇ ਗਏ ਨੇ, ਜਿਹੜੇ ਕੰਮ ਕਰ ਰਹੇ ਨੇ, ਉਹ ਕਿਸੇ ਨਾ ਕਿਸੇ ਹੋਰ ਰਾਜਨੀਤਿਕ ਪਾਰਟੀ ਨਾਲ ਜੁੜੇ ਹੋਏ ਨੇ। ਜੇ ਆਪਾਂ ਇਹ ਕਹੀਏ ਵੀ ਬਹੁ ਗਿਣਤੀ ਉਹਨਾਂ ਚੋਂ ਕਾਂਗਰਸ ਨਾਲ ਜੁੜੀ ਹੋਈ। ਹੁਣ ਜੇ ਆਪਾਂ ਗੱਲ ਕਰੀਏ, ਕੋਈ ਵੀ ਰਾਜਨੀਤਿਕ ਪਾਰਟੀ ਇਸ ਤਰ੍ਹਾਂ ਦੀ ਨਹੀਂ ਹੋਏਗੀ ਜਿਹੜੀ ਇਹਨਾਂ ਚੁਣੇ ਹੋਏ ਅਹੁਦਿਆਂ ਤੇ ਇਹ ਇੱਛਾ ਨਹੀਂ ਰੱਖੂਗੀ ਕਿ ਸਾਡੇ ਲੋਕ ਹੋਣ। ਬਹੁਤ ਸਾਰੇ ਬੋਰਡ ਕਾਰਪੋਰੇਸ਼ਨ ਤੋੜ ਕੇ ਉਹਨਾਂ ਦੇ ਆਪਣੇ ਵਿਅਕਤੀ ਆਪਣੇ ਮੁਤਾਬਕ ਅਹੁਦੇਦਾਰ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਨੇ ਲਗਾ ਦਿੱਤੇ ਗਏ ਨੇ। ਦੂਜਾ, ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦੀ ਰਾਜਨੀਤਿਕ ਪਾਰਟੀ ਹੈ ਕਿ ਜਿਹਦੇ ਵੱਲ ਲੋਕ ਆਪ ਮੁਹਾਰੇ ਉਲਾਰ ਹੋ ਗਏ ਸੀ। ਇਹਨਾਂ ਦਾ ਕੋਈ ਬਹੁਤ ਵੱਡਾ ਕਾਡਰ ਨਹੀਂ ਸੀ। ਜੇ ਆਪਾਂ ਕਹੀਏ ਨਾ ਕਿ ਇਹਨਾਂ ਨੇ ਇਹਨਾਂ ਦੇ ਨਾਲ ਆਰਗੇਨਾਈਜੇਸ਼ਨ 'ਚ ਜਥੇਬੰਦਕ ਤਰੀਕੇ ਨਾਲ ਸਾਰੇ ਜੁੜੇ ਹੋਏ ਸੀ, ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਆਪ ਮੁਹਾਰੇ ਇੱਕ ਔਲਾਰ ਸੀ, ਉਸ ਔਲਾਰ 'ਚੋਂ ਪਾਰਟੀ ਜਿੱਤ ਗਈ। ਹਾਂ ਜ਼ਰੂਰ, ਉਸ ਤੋਂ ਬਾਅਦ ਇਹਨਾਂ ਨੇ ਇੱਕ ਕਾਡਰ ਖੜਾ ਕੀਤਾ ਹੋਏਗਾ ਔਰ ਉਸ ਕਾਡਰ ਨੂੰ ਤਾਕਤ ਦੇਣ ਲਈ, ਸਟਰੈਂਥਨ ਕਰਨ ਲਈ, ਹੋਰ ਤਾਕਤਵਰ ਬਣਾਉਣ ਲਈ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਾਂ ਕੋਈ ਵੀ ਪਾਰਟੀ ਹੋਵੇ ਉਹਦੀ ਇਹ ਲੋੜ ਹੁੰਦੀ ਹੈ ਕਿ ਉਹਨੂੰ ਸਿਸਟਮ 'ਚ ਫਿੱਟ ਕਰ ਲੈਣ, ਆਪਣੇ ਜਿਹੜੇ ਕਾਰਕੁਨ ਨੇ ਕਿਸੇ ਨੂੰ ਸਰਪੰਚ ਬਣਾਉਣ, ਕਿਸੇ ਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਉਣ, ਕਿਸੇ ਨੂੰ ਬਲਾਕ ਪ੍ਰੀਸ਼ਦ ਦਾ ਮੈਂਬਰ ਬਣਾਉਣ, ਕਿਸੇ ਨੂੰ ਮਿਊਨਸਪੈਲਿਟੀ 'ਚ MC ਬਣਾਉਣ, ਮਿਊਨਸਪੈਲਿਟੀ ਦਾ ਕਾਰਪੋਰੇਸ਼ਨ ਦਾ ਜਿਹੜਾ ਮੇਅਰ ਹੈ ਜਾਂ ਜਿਹੜਾ ਪ੍ਰਧਾਨ ਹੈ ਉਹ ਬਣਾਉਣ। ਇਹ ਹਰ ਇੱਕ ਰਾਜਨੀਤਿਕ ਪਾਰਟੀ ਦੀ ਲੋੜ ਹੁੰਦੀ ਹੈ ਕਿ ਵੱਧ ਤੋਂ ਵੱਧ ਮੋਬਲਾਈਜ਼ ਕਰਕੇ ਲੋਕਾਂ ਨੂੰ ਜਥੇਬੰਦਕ ਤਰੀਕੇ ਨਾਲ ਉਸ ਦੇ ਵਿੱਚ ਸਿਸਟਮ ਦੇ ਵਿੱਚ ਫਿੱਟ ਕਰ ਲਿਆ ਜਾਵੇ ਤਾਂ ਕਿ ਬਹੁ ਗਿਣਤੀ ਉਹਨਾਂ ਨਾਲ ਜੁੜੀ ਰਹੇ। ਇਸੇ ਗੱਲ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਵਿੱਚ CM ਸਾਹਿਬ ਨੇ ਬਿਨਾਂ ਸ਼ਾਇਦ ਸਾਰਾ ਅਧਿਐਨ ਕੀਤੇ
ਇਹ ਅਨਾਊਂਸ ਕਰਤਾ ਕਿ ਇੰਨੀ ਤਰੀਕ ਨੂੰ ਪੰਚਾਇਤ ਇਲੈਕਸ਼ਨ ਹੋਏਗੀ। ਉਹ ਜਿਹੜੀ ਇਲੈਕਸ਼ਨ ਸੀ ਪੰਚਾਇਤ ਦੇ ਹਲੇ ਤੱਕ ਮਿਆਦ ਨਹੀਂ ਸੀ ਪੁੱਗੀ, ਜਿਹੜੀ ਇਲੈਕਸ਼ਨ 5 ਸਾਲ ਲਈ ਹੋਈ ਸੀ। ਜਦੋਂ ਪੰਚਾਇਤਾਂ ਦੀ ਮਿਆਦ 5 ਸਾਲ ਨਹੀਂ ਹੋਈ ਤੇ ਉਸ ਤੋਂ ਪਹਿਲਾਂ ਹੀ ਭੰਗ ਕਰ ਦਿੱਤੀ ਗਈ, ਉਹਦੇ ਵਿੱਚ ਜਿਹੜਾ ਕਾਨੂੰਨੀ ਪੇਚ ਆ ਗਿਆ, ਕੁਛ ਜਿਹੜੇ ਸੱਜਣ ਸੀ ਉਹਨਾਂ ਨੇ ਕੋਰਟ ਜਾ ਕੇ ਰਿਲੀਫ ਲੈ ਲਿਆ। ਕੋਰਟ ਵੱਲੋਂ ਵਿੱਚ ਅੜਿੱਕਾ ਆ ਗਿਆ ਕਿ ਆਪਾਂ ਇਹ ਪੰਚਾਇਤਾਂ ਹਾਲੀ ਨਹੀਂ ਚੋਣ ਕਰ ਸਕਦੇ, ਇਸ ਲਈ ਜਿੰਨੇ ਚਿਰ ਲਈ ਉਹ ਚੁਣੀ ਗਈ ਹੈ ਉਹਨੂੰ ਓਨਾ ਚਿਰ ਦੇ ਦਿੱਤਾ ਜਾਵੇ। ਪਰੰਤੂ ਹੁਣ ਜਿਹੜਾ ਸਮਾਂ ਉਹਦੇ ਵਿੱਚ ਲਗਭਗ ਆਪਾਂ ਉਸ ਸਥਿਤੀ 'ਚ ਪਹੁੰਚ ਗਏ ਕਿ ਪੰਚਾਇਤਾਂ ਦੀ ਇਲੈਕਸ਼ਨ ਦਾ ਜਿਹੜਾ ਟਾਈਮ ਪੀਰੀਅਡ ਸੀ 5 ਸਾਲ ਉਹ ਪੂਰਾ ਹੋ ਗਿਆ ਜਾਂ 5-7 ਦਿਨਾਂ 'ਚ ਪੂਰਾ ਹੋਣ ਵਾਲਾ ਹੈ। ਸੋ ਇਸ ਕਰਕੇ ਹੁਣ ਉਸ ਤਰ੍ਹਾਂ ਦਾ ਅੜਿੱਕਾ ਨਹੀਂ ਰਿਹਾ। ਹੁਣ ਸਿਚੁਏਸ਼ਨ ਇਹ ਹੈ ਕਿ ਹਰ ਇੱਕ ਬੰਦੇ ਨੂੰ ਇਹ ਲੱਗਦਾ ਹੈ ਕਿ ਜਦੋਂ ਮੁੱਖ ਮੰਤਰੀ ਮਾਨ ਸਾਹਿਬ ਇੰਨੇ ਜ਼ਿਆਦਾ ਕਾਹਲੇ ਦੇ ਤਤਪਰ ਸੀ ਕਿ ਤੁਰੰਤ ਚੋਣ ਕਰਾ ਲਈ ਜਾਵੇ, ਸਭ ਨੂੰ ਲੱਗਦਾ ਹੈ ਕਿ ਉਹ ਹੁਣ ਵੀ ਜਲਦੀ ਚੋਣ ਕਰਾਉਣਗੇ ਜਦੋਂ ਆਪਾਂ ਉਹ ਚੀਜ਼ ਨੂੰ ਦੇਖਦੇ ਹਾਂ। ਪਰੰਤੂ ਹੁਣ ਸਥਿਤੀਆਂ ਹੋਰ ਤਰ੍ਹਾਂ ਵਿੱਚ ਅਮਰਜ ਹੋਈਆਂ ਨੇ, ਉੱਭਰੀਆਂ ਨੇ। ਹੁਣ ਇਹ ਹਾਲ ਦੀ ਘੜੀ ਇਹ ਸਮਝ ਨਹੀਂ ਲੱਗ ਰਿਹਾ ਕਿ ਚੋਣ ਜਲਦੀ ਕਰਾ ਲੈਣਗੇ ਜਾਂ ਨਹੀਂ, ਕਿਉਂਕਿ ਜਿਹੜਾ ਪਾਰਲੀਮੈਂਟ ਦੀ ਚੋਣ ਹੈ ਉਹ ਨੇੜੇ ਆ ਗਈ ਹੈ। ਜੇਕਰ ਆਪਾਂ ਸੰਵਿਧਾਨ ਅਨੁਸਾਰ ਚੱਲੀਏ ਜਾਂ ਨਿਯਮ ਅਨੁਸਾਰ ਚੱਲੀਏ, ਉਹ 'ਚ ਲੱਗਦਾ ਕਿ ਅਪ੍ਰੈਲ 'ਚ ਉਹ ਚੋਣ ਹਰ ਹਾਲਤ 'ਚ ਡਿਊ ਹੈ। ਪਰੰਤੂ ਇਹਦੇ ਨਾਲ ਹੀ ਇਹ ਲੱਗਦਾ ਹੈ, ਇਹ ਚਰਚਾ ਵਾਰ ਵਾਰ ਆ ਰਹੀ ਹੈ ਕਿ ਆਹ ਜਿਹੜਾ ਸੈਸ਼ਨ ਹੈ ਇਹ ਲੰਘਣ ਤੋਂ ਬਾਅਦ ਪਤਾ ਲੱਗੇਗਾ। ਹੋ ਸਕਦਾ ਜਿਹੜੀ ਭਾਰਤ ਸਰਕਾਰ ਚੱਲ ਰਹੀ ਹੈ ਬੀਜੇਪੀ ਦੀ ਅਗਵਾਈ ਦੇ ਵਿੱਚ, ਬੀਜੇਪੀ ਨੂੰ ਕੁਛ ਰਾਜਾਂ ਦੇ ਵਿੱਚ ਵੱਡੀ ਸਮਰਥਨ ਜਿਹੜਾ ਮਿਲਿਆ, ਉਹ ਸਮਰਥਨ ਦੇ ਬਲਬੂਤੇ ਹੋ ਸਕਦਾ ਬੀਜੇਪੀ ਉਸ ਲਹਿਰ ਨੂੰ, ਉਸ ਉਭਾਰ ਨੂੰ ਕੈਸ਼ ਕਰਨ ਲਈ, ਆਪਣੇ ਹੱਕ 'ਚ ਵਰਤਣ ਲਈ ਚੋਣਾਂ ਨੂੰ 1-2 ਮਹੀਨੇ ਅੱਗੇ ਕਰ ਦੇਵੇ। ਤੇ ਜੇ ਆਪਾਂ ਇਹਨੂੰ ਏਦਾਂ ਲਾਈਏ ਕਿ 1-2 ਮਹੀਨੇ ਅੱਗੇ ਕਰ ਦੇਵੇ ਤਾਂ ਹੋ ਸਕਦਾ ਫਰਵਰੀ ਦੇ ਮਹੀਨੇ 'ਚ ਚੋਣ ਆ ਜਾਵੇ, ਨਹੀਂ ਅਪ੍ਰੈਲ ਦੇ ਵਿੱਚ ਤਾਂ ਡਿਊ ਹੈ। ਜਦੋਂ ਆਪਾਂ ਇਹ ਸਾਰਾ ਕੁਛ ਦੇਖਦੇ ਹਾਂ ਉਦੋਂ ਮੈਨੂੰ ਭੰਗੂ ਸਾਹਿਬ ਇਹ ਲੱਗਦਾ ਕਿ ਇਸ ਦੇ ਵਿੱਚ ਪੰਚਾਇਤ ਚੋਣਾਂ ਕਰਾਉਣਾ ਸ਼ਾਇਦ ਸਮੇਂ ਦੀ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ ਮੁਸ਼ਕਲ ਹੋਵੇਗਾ, ਕਿਉਂਕਿ ਉਹਨੂੰ ਦੋ ਪਾਸੇ ਕੰਸਨਟ੍ਰੇਟ ਕਰਨਾ, ਪਾਰਲੀਮੈਂਟ ਦੀ ਇਲੈਕਸ਼ਨ ਉਹਨੇ ਲੜਨੀ ਹੈ ਤੇ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਇੱਜ਼ਤ, ਆਪਣਾ ਸਤਿਕਾਰ ਤੇ ਆਪਣੀ ਜਿਹੜੀ ਤਾਕਤ ਉਹਨੂੰ ਬਚਾ ਕੇ ਰੱਖਣ ਲਈ ਬਹੁਤ ਜ਼ੋਰਾਂ ਨਾਲ ਚੋਣ ਲੜਨੀ ਪੈਣੀ ਹੈ। ਜੇ ਉਸ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਸਤਿਕਾਰਯੋਗ ਸੀਟਾਂ ਨਹੀਂ ਲਿਜਾਂਦੀ ਤਾਂ ਇੱਕਦਮ ਇਸ ਤਰ੍ਹਾਂ ਦਾ ਪ੍ਰਭਾਵ ਬਣੇਗਾ ਕਿ ਆਮ ਆਦਮੀ ਪਾਰਟੀ ਆਪਣਾ ਸਮਰਥਨ ਲੋਕਾਂ ਦੇ ਵਿੱਚੋਂ ਖੋ ਚੁੱਕੀ ਹੈ, ਜਿਹਦਾ ਕਈ ਵਾਰ ਡਰ ਬਣਿਆ ਹੋਇਆ। ਕਿਉਂਕਿ ਜਿਹੜੀ ਇੱਕ ਇਲੈਕਸ਼ਨ ਪਾਰਲੀਮੈਂਟ ਦੀ ਹੋਈ ਸੰਗਰੂਰ ਜ਼ਿਲ੍ਹੇ ਦੇ ਵਿੱਚ, ਸੰਗਰੂਰ ਪਾਰਲੀਮੈਂਟ ਹਲਕੇ ਤੋਂ, ਜਿਹੜਾ ਹਲਕਾ ਮੁੱਖ ਮੰਤਰੀ ਜੀ ਦਾ ਆਪਣਾ ਸੀ ਤੇ ਜਿਹੜੀ ਸੀਟ ਮੁੱਖ ਮੰਤਰੀ ਜੀ ਨੇ ਖੁਦ ਖਾਲੀ ਕੀਤੀ ਸੀ, ਉਹ ਸੀਟ ਹਾਰਨ ਤੋਂ ਬਾਅਦ ਭਾਵੇਂ ਜਲੰਧਰ ਦੀ ਸੀਟ ਉਹਨਾਂ ਨੇ ਜਿੱਤ ਲਈ, ਪਰੰਤੂ ਵੋਟ ਪੈਟਰਨ ਜਿਹੜੀ ਗੱਲ ਤੁਸੀਂ ਦੱਸ ਕੇ ਹਟਿਓ ਉਹ ਇਹ ਹੀ ਦੱਸਦਾ ਕਿ ਉੱਥੇ ਵੀ ਜੇਕਰ ਅਕਾਲੀ ਦਲ ਤੇ ਬੀਜੇਪੀ ਨੇ ਰਲ ਕੇ ਲੜੀ ਹੁੰਦੀ
ਤਾਂ ਸ਼ਾਇਦ ਚੋਣ ਉਹਨਾਂ ਦੇ ਹੱਕ ਚ ਹੁੰਦੀ। ਇਸ ਕਰਕੇ ਆਮ ਆਦਮੀ ਪਾਰਟੀ ਤੇ ਇੱਕ ਬਹੁਤ ਵੱਡਾ ਦਬਾਅ ਹੈ ਕਿ ਇਹ ਨਾ ਹੋਵੇ ਕਿ ਉਹ ਪਹਿਲਾਂ ਪੰਚਾਇਤ ਚੋਣਾਂ ਦੇ ਵਿੱਚ ਉਲਝ ਕੇ ਰਹਿ ਜਾਣ, ਉਹਦੇ ਵਿੱਚ ਫਸ ਕੇ ਰਹਿ ਜਾਣ ਤੇ ਰਿਜ਼ਲਟ ਕਿਤੇ ਦੂਜੀ ਤਰ੍ਹਾਂ ਉਹਨੂੰ ਰਾਜਨੀਤਿਕ ਤੌਰ ਤੇ ਪ੍ਰਭਾਵਿਤ ਕਰਨ। ਸੋ ਮੈਨੂੰ ਇਹ ਲੱਗ ਰਿਹਾ ਕਿ ਹੁਣ ਸਥਿਤੀ ਕੁਛ ਦਿਨਾਂ 'ਚ ਤਾਂ ਕਲੀਅਰ ਹੋ ਸਕਦੀ ਹੈ, ਪਰ ਇੱਕਦਮ ਇਹ ਔਖਾ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਦੋ ਇਲੈਕਸ਼ਨਾਂ ਦੇ ਵਿੱਚ ਇੱਕਦਮ ਆ ਕੇ ਆਪਣਾ ਪ੍ਰਭਾਵ ਕਾਇਮ ਰੱਖ ਸਕੇਗੀ ਜਾਂ ਨਹੀਂ ਰੱਖ ਸਕੇਗੀ। ਇਹਦੇ ਵਿੱਚ ਕੋਈ ਨਾ ਕੋਈ ਬਹਾਨਾ ਜ਼ਰੂਰ ਬਣਾਉਣਗੇ ਉਹ, ਕਿਉਂਕਿ ਇਹ ਵੀ ਇੱਕ ਔਖਾ ਕੰਮ ਹੈ ਕਿ ਜਿਹੜੀ ਪਾਰਟੀ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਇੰਨੀ ਜ਼ਿਆਦਾ ਤਤਪਰ ਸੀ ਕਿ ਪੰਚਾਇਤ ਚੋਣਾਂ ਅਨਾਊਂਸ ਕਰ ਚੁੱਕੀ ਸੀ ਤੇ ਹੁਣ ਚੋਣਾਂ ਡਿਊ ਨੇ, ਪਰੰਤੂ ਅਨਾਊਂਸ ਕਰਨ ਤੋਂ ਕਿਤੇ ਨਾ ਕਿਤੇ ਡਿਲੇ ਕਰ ਰਹੀ ਹੈ, ਅਨਕਾਨੀ ਕਰ ਰਹੀ ਹੈ। ਉਸ ਦੇ ਵਿੱਚ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੇਗੀ ਕਿ ਕੋਈ ਨਾ ਕੋਈ ਤਕਨੀਕੀ ਨੁਕਤਾ ਲੈ ਕੇ, ਉਹ ਚਾਹੇ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਸੁਝਾਅ ਨੂੰ ਕੰਸਿਡਰ ਕਰਦੇ ਹੋਏ ਕਿ ਪਾਰਲੀਮੈਂਟ ਚੋਣ ਨੇੜੇ ਹੈ, ਇਸ ਕਰਕੇ ਇਸ ਦੇ ਵਿੱਚ ਪੰਚਾਇਤ ਚੋਣਾਂ ਠੀਕ ਨਹੀਂ ਰਹਿਣਗੀਆਂ, ਆਪਾਂ ਇਹ ਚੋਣਾਂ ਉਸ ਤੋਂ ਬਾਅਦ ਕਰਾ ਲਈਆਂ ਜਾਣ। ਸੋ ਇਸ ਤਰ੍ਹਾਂ ਦੀ ਇੱਕ ਗੱਲ ਜਿਹੜੀ ਭੰਗੂ ਸਾਹਿਬ ਹੈ, ਇਹ ਵੱਡਾ ਚੈਲੇਂਜ ਹੈ। ਹਾਂ, ਇਹ ਜ਼ਰੂਰ ਹੈ ਕਿ ਰਾਜਨੀਤਿਕ ਪਾਰਟੀਆਂ ਪੰਚਾਇਤੀ ਚੋਣਾਂ ਨੂੰ, ਜਿਹੜੀਆਂ ਲੋਕਤੰਤਰ ਦਾ ਇੱਕ ਧੁਰਾ ਕਿਹਾ ਜਾ ਸਕਦਾ, ਉਹਨਾਂ ਨੂੰ ਚਾਹੁਣਗੇ ਜ਼ਰੂਰ ਕਿ ਜੇਕਰ ਉਹ ਉਹਨਾਂ ਦੇ ਹੱਥ 'ਚ ਆ ਜਾਵੇ ਤਾਂ ਇਹ ਵੱਡਾ ਚੈਲੇਂਜ ਹੋਏਗਾ। ਪਰ ਨਾਲ ਚੁਣੌਤੀ ਇਹ ਵੀ ਵੱਡੀ ਹੈ ਕਿ ਜੇਕਰ ਪੰਚਾਇਤੀ ਚੋਣਾਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਬਾਅਦ 'ਚ ਹੁੰਦੀਆਂ ਨੇ ਤੇ ਪਾਰਲੀਮੈਂਟ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਸਤਿਕਾਰਯੋਗ ਵੋਟ ਪ੍ਰਾਪਤ ਨਹੀਂ ਕੀਤੀ ਤਾਂ ਉਹਦੇ ਵਿੱਚ ਉਹਨਾਂ ਨੂੰ ਹਾਰ ਦਾ ਡਰ ਵੱਡਾ ਬਣਿਆ ਰਹੇਗਾ, ਜਿਹਨੂੰ ਆਪਾਂ ਪਰਸੈਪਸ਼ਨ ਕਹਿੰਦੇ ਹੁੰਦੇ ਹਾਂ, ਇੱਕ ਖਿਆਲ ਹੈ, ਇੱਕ ਰਾਏ ਹੈ, ਉਹ ਰਾਏ ਬਣੇਗੀ ਕਿ ਹੁਣ ਸ਼ਾਇਦ ਕੋਈ ਹੋਰ ਪਾਰਟੀ ਪੰਚਾਇਤੀ ਚੋਣਾਂ ਦੇ ਕਾਬਜ਼ ਹੋ ਸਕਦੀ ਹੈ, ਲੋਕਾਂ ਨੂੰ ਨਾਲ ਲੈ ਕੇ ਤੁਰ ਸਕਦੀ ਹੈ, ਉਹ ਅਕਾਲੀ ਦਲ ਵੀ ਹੋ ਸਕਦਾ, ਉਹ ਕਾਂਗਰਸ ਵੀ ਹੋ ਸਕਦਾ ਹੈ। ਸੋ ਮੈਂ ਇਹ ਸਮਝਦਾ ਕਿ ਇਸ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਨਾ ਕਿ ਇੱਧਰ ਟੋਆ ਤੇ ਇੱਧਰ ਖਾਈ, ਆਮ ਆਦਮੀ ਪਾਰਟੀ ਲਈ ਇਹ ਇੱਕ ਵੱਡਾ ਚੈਲੇਂਜ ਦੋਵੇਂ ਤਰ੍ਹਾਂ ਬਣਿਆ ਹੋਇਆ। ਇਲੈਕਸ਼ਨ ਕਰਾਉਣਾ ਵੀ ਉਹਨਾਂ ਲਈ ਔਖਾ ਕੰਮ ਹੈ ਤੇ ਇਲੈਕਸ਼ਨ ਟਾਲਣਾ ਵੀ ਉਹਨਾਂ ਲਈ ਕੋਈ ਬਹੁਤ ਸੌਖਾ ਨਹੀਂ। ਸੋ ਏਦਾਂ ਦੀ ਅਵਸਥਾ ਜੋ ਮੈਨੂੰ ਸਮਝ ਆ ਰਹੀ ਹੈ ਇਹ ਬਣੀ ਹੋਈ ਹੈ। ਪਰ ਸੰਕੇਤਾਂ ਤੋਂ ਸਾਰਿਆਂ ਤੋਂ ਇਹ ਲੱਗ ਰਿਹਾ ਕਿ ਸ਼ਾਇਦ ਇਹ ਚੋਣਾਂ ਅੱਗੇ ਪੈਣਗੀਆਂ। ਹਾਲੇ ਮੈਨੂੰ ਇਹ ਲੱਗਦਾ ਹਾਲੇ ਕੋਈ ਬਹੁਤ ਐਕਟਿਵਲੀ ਸਰਕਾਰ ਦਾ ਰੋਲ ਦਿਖਾਈ ਨਹੀਂ ਦੇ ਰਿਹਾ, ਪਰੰਤੂ ਹਾਲੇ ਮੈਨੂੰ ਇਹ ਲੱਗਦਾ। ਦੂਸਰੀ ਗੱਲ ਕਿ ਇਹਨੂੰ ਕੁਛ ਸਮਾਂ ਲੱਗੇਗਾ ਇਹ ਧੁੰਦ ਛੱਟਣ ਨੂੰ, 10 ਕੁ ਦਿਨ ਹੋਰ ਦੇਖਣੇ ਪੈਣਗੇ ਕਿ ਸਰਕਾਰ ਦਾ ਰੁੱਖ ਕੀ ਬਣਦਾ। ਜੀ ਕੋਈ ਹੋਰ ਸਵਾਲ ਹੈ ਦੱਸੋ ਜੀ। ਤਾਲੀਵਾਲ ਸਾਹਿਬ, ਆਪਾਂ ਕਹਿੰਦੇ ਹਾਂ ਕਿ ਡੈਮੋਕਰੇਸੀ ਦੀ ਸਭ ਤੋਂ ਛੋਟੀ ਯੂਨਿਟ ਹੈ ਪੰਚਾਇਤ, ਹੋਈ ਤਾਂ ਭ੍ਰਿਸ਼ਟ ਹੋਈ ਹੈ ਨਾ, ਦੇਖੋ ਦਾਰੂ ਚੱਲਦੀ ਹੈ, ਨਸ਼ਾ ਵੀ ਵੰਡਿਆ ਜਾ ਰਿਹਾ, ਪੈਸਾ ਵੀ ਵੰਡਿਆ ਜਾਂਦਾ, ਸਭ ਕੁਛ ਹੁੰਦਾ ਇਸ ਕਾਰ ਦੇ ਵਿੱਚ। ਤਾਂ ਮੈਂ ਇੱਕ ਗੱਲ ਤੁਹਾਡੇ ਕੋਲੋਂ ਸਮਝਣੀ ਚਾਹੁੰਦਾ, ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਸਾਡੇ ਕੋਲ 40-40 ਲੱਖ ਲਾ ਕੇ ਨਾ ਆਇਓ, ਜਿਹੜਾ 40 ਲੱਖ ਲਾ ਕੇ ਸਰਪੰਚ ਬਣ ਕੇ ਸਾਡੇ ਕੋਲ ਆਊਗਾ ਉਹ ਉਮੀਦ ਛੱਡ ਦਿਓ, ਸਾਡੇ ਕੋਲ 40 ਦਾ 80 ਨਹੀਂ ਹੁੰਦਾ। ਤੇ ਕੀ ਸੱਚਮੁੱਚ ਰਿਐਲਿਟੀ ਹੈਗੀ ਹੈ ਕਿ ਗਰਾਊਂਡ ਲੈਵਲ ਦੇ ਉੱਪਰ ਸੁਧਾਰ ਹੋ ਸਕਦਾ ਜਾਂ ਨਹੀਂ, ਕਿ ਭ੍ਰਿਸ਼ਟਾਚਾਰ ਤਾਂ ਇੱਦਾਂ ਰਚ ਮਿਚ ਗਿਆ ਸਾਡੇ ਸਿਸਟਮ ਦੇ ਵਿੱਚ, ਇਸ ਵੋਟ ਪ੍ਰਣਾਲੀ ਦੇ ਵਿੱਚ,
ਕਿ ਗੱਲਾਂ ਬਾਤਾਂ ਜੋ ਮਰਜ਼ੀ ਕਹੀ ਜਾਈਏ, ਅਸੀਂ ਸਟੇਜਾਂ ਚੜ੍ਹ ਕੇ ਜੋ ਮਰਜ਼ੀ ਜਿਹੜਾ ਮਰਜ਼ੀ ਲੀਡਰ ਅਨਾਊਂਸ ਕਰਦੇ, ਪਰ ਵਿੱਚੋਂ ਕੱਢਣਾ ਬੜਾ ਔਖਾ। ਦੇਖੋ ਜੇ ਆਪਾਂ ਇਹਦਾ ਵਿਸ਼ਲੇਸ਼ਣ ਕਰਦੇ ਹੋਏ ਸੱਚ ਦੇਖਣਾ ਹੈ ਤਾਂ ਇਹ ਹੈ ਕਿ ਹੁਣ ਜਿਹੜਾ ਮੌਜੂਦਾ ਸਿਸਟਮ ਹੈ ਇਹਦੇ ਵਿੱਚ ਪੰਚਾਇਤ ਨੂੰ ਬਹੁਤ ਸਾਰੀਆਂ ਗ੍ਰਾਂਟਾਂ ਜਾਂਦੀਆਂ ਨੇ, ਜਿਹੜੀਆਂ ਉਹ ਗ੍ਰਾਂਟਾਂ ਪੰਚਾਇਤ ਖਰਚਦੀ ਹੈ, ਚਾਹੇ ਉਹ ਆਪਣਾ ਨਰੇਗਾ ਹੋਵੇ ਜਾਂ ਕੋਈ ਹੋਰ ਵਿਕਾਸ ਦੇ ਕੰਮ ਹੋਣ। ਇਹਨੂੰ ਇਹ ਕਹਿ ਲਓ ਕਿ ਪੰਚਾਇਤ ਇੱਕ ਤਰੀਕੇ ਨਾਲ ਤਾਕਤਵਰ ਵੀ ਬਣੀ ਹੈ, ਕਿਉਂਕਿ ਵਿਕਾਸ ਦੇ ਕੰਮਾਂ ਦੇ ਵਿੱਚ ਪਹਿਲਾਂ ਪੰਚਾਇਤ ਕੋਲ ਕੁਛ ਹੁੰਦਾ ਨਹੀਂ ਸੀ, ਹੁਣ ਕੁਛ ਫੰਡ ਹੈ ਜਿਹੜਾ ਪੰਚਾਇਤਾਂ ਕੋਲ ਜਾਂਦਾ ਹੈ ਤੇ ਉਹ ਪੰਚਾਇਤੀ ਫੰਡ ਹੈ ਜਿਹੜਾ ਉਹਦੇ ਵਿੱਚ ਇੱਕ ਹੇਰਾਫੇਰੀ ਹੁੰਦੀ ਹੈ ਤੇ ਉਹ ਜਿਹੜੀ ਹੇਰਾਫੇਰੀ ਹੁੰਦੀ ਹੈ ਉਸ ਹੇਰਾਫੇਰੀ ਦੇ ਵਿੱਚ ਪੰਚਾਇਤ ਤੇ ਪੰਚਾਇਤੀ ਸਿਸਟਮ ਦੋਵੇਂ ਹੀ ਹਿੱਸੇਦਾਰ ਨੇ। ਜੇ ਆਪਾਂ ਉਹ ਚ ਕਹੀਏ ਕਿ ਸਰਪੰਚ ਇਕੱਲਾ ਪੈਸੇ ਖਾਂਦਾ, ਇਹ ਨਹੀਂ, ਉਹ ਸਿਸਟਮ ਦੇ ਵਿੱਚ ਜਿਹੜੇ ਬੰਦੇ ਰੁੱਝੇ ਹੋਏ ਨੇ ਜਾਂ ਫਸੇ ਹੋਏ ਨੇ ਉਹ ਸਰਪੰਚ, ਜਿਨ੍ਹਾਂ ਨੂੰ ਪਤਾ ਹੈ ਕਿ ਆਪਾਂ ਇੰਨਾ ਕੁ ਪੈਸਾ ਖਰਚ ਕੇ ਇਹ ਕਿਤੋਂ ਫੇਰੇ ਦੀ ਪੂਰਤੀ ਹੋ ਜਾਏਗੀ, ਜਿਹੜਾ ਘੜਾ ਖਾਲੀ ਕਰਾਂਗੇ ਇਹ ਦੁਬਾਰਾ ਭਰ ਜਾਏਗਾ, ਇਸ ਕਰਕੇ ਲੋਕੀ ਪੈਸਾ ਖਰਚਦੇ ਨੇ। ਇਹੀ ਕਾਰਨ ਹੈ ਜੇ ਆਪਾਂ ਇਕੱਲੇ ਸਰਪੰਚਾਂ ਨੂੰ ਕਹੀਏ ਇਹ ਗਲਤ ਗੱਲ ਹੋਊਗੀ, MLA ਜਾਂ MP ਜਿਹੜੇ ਲੋਕ ਬਣਦੇ ਨੇ ਇੰਨੇ ਇੰਨੇ ਪੈਸੇ ਖਰਚ ਕਰਕੇ, ਉਹ ਵੀ ਘੜਾ ਜਿਹੜਾ ਦੁਬਾਰੇ ਭਰ ਜਾਂਦਾ ਜੇਕਰ ਉਹ ਸਿਸਟਮ 'ਚ ਉਹ ਕੰਮ ਕਰਦੇ ਨੇ। ਉਹਦੇ ਬੜੇ ਮੈਥਡ ਨੇ, ਬੜਾ ਕੁਛ ਹੈ ਉਹਦੇ ਵਿੱਚ, ਕਾਫੀ ਕੁਛ ਹੈ, ਪਰੰਤੂ ਜਿਹੜੇ ਉਹਦੇ ਪ੍ਰਮਾਣ ਦੇਣੇ ਇਹ ਔਖਾ ਕੰਮ ਹੈ, ਐਲੀਗੇਸ਼ਨ ਲਾਉਣਾ ਸੌਖਾ ਕੰਮ ਹੈ, ਉਹ ਪ੍ਰਮਾਣ ਦੇਣੇ ਔਖਾ ਕੰਮ ਹੈ, ਕਿਉਂਕਿ ਉਹ ਪ੍ਰਮਾਣ ਦੇ ਵਿੱਚ ਸਿਸਟਮ ਵੀ ਹੈ, PDO PDPO ਪੰਚਾਇਤ ਸੈਕਟਰੀ, ਉਹ ਜਿਹੜਾ ਤੰਤਰ ਹੈ ਉਹ ਸਾਰਾ ਸਰਪੰਚ ਦੇ ਨਾਲ ਮਿਲ ਕੇ ਚੱਲਦਾ ਹੈ। ਸੋ ਇਸ ਕਰਕੇ ਜੇ ਮਾਨ ਸਾਹਿਬ ਇਹ ਕਹਿ ਦੇਣ ਕਿ ਇਹ ਕਰਪਸ਼ਨ ਬੰਦ ਕਰ ਦਿੱਤੀ ਜਾਏਗੀ, ਇਹਦੀ ਮੈਨੂੰ ਸੰਭਾਵਨਾ ਇੱਕਦਮ ਬਹੁਤ ਘੱਟ ਲੱਗਦੀ ਹੈ, ਕਿਉਂਕਿ ਸਾਡੇ ਰਾਜਨੀਤਿਕ ਸਿਸਟਮ ਦੇ ਵਿੱਚ ਉੱਪਰੋਂ ਲੈ ਕੇ ਹੇਠਾਂ ਤੱਕ ਚੋਣ ਪ੍ਰਕਿਰਿਆ ਦੇ ਵਿੱਚ ਜਿਹੜਾ ਖਰਚ ਆਉਂਦਾ ਹੈ ਉਹ ਖਰਚੇ ਨੂੰ ਘਟਾਉਣਾ ਮੈਨੂੰ ਨਹੀਂ ਲੱਗਦਾ ਕਿ ਹਾਲੇ ਕਿਸੇ ਦੇ ਵੱਸ ਦਾ ਰੋਗ ਹੈ। ਉਹਦੇ ਵਿੱਚ ਭਾਵੇਂ ਮੈਂ ਇਹਨਾਂ ਦੇ ਵਿੱਚ ਰਿਹਾ, ਤੁਸੀਂ ਵੀ ਸਾਰਾ ਕੁਛ ਦੇਖਿਆ ਹੋਊਗਾ, ਵਰਕਰਾਂ ਲਈ ਜਿਹੜਾ ਲੰਗਰ ਚੱਲਦਾ ਉਹ ਪਹਿਲਾਂ ਬਿਲਕੁਲ ਦਫ਼ਤਰ ਦੇ ਨਾਲ ਚੱਲਦਾ ਸੀ, ਹੁਣ ਉਹ ਕਿਤੇ ਛੁਪਾ ਕੇ ਚੱਲਦਾ। ਜਾਂ ਆਪਾਂ ਕਹੀਏ ਕਿ ਵਰਕਰਾਂ ਦੇ ਲਈ ਗੱਡੀਆਂ ਚੱਲਦੀਆਂ ਨੇ, MLA ਜਾਂ ਪਾਰਲੀਮੈਂਟ ਲਈ ਉਹ ਗੱਡੀਆਂ ਛੁਪਾ ਕੇ ਚੱਲਦੀਆਂ ਨੇ, ਇਹ ਵੱਖਰੀ ਗੱਲ ਹੈ, ਚਲੋ ਉਹਨਾਂ 'ਤੇ ਝੰਡਾ ਨਹੀਂ ਲਾਇਆ ਜਾਂਦਾ। ਜੇ ਮੈਂ ਤੇ ਤੁਸੀਂ ਕੋਈ ਪ੍ਰਚਾਰ ਕਰਦੇ ਹਾਂ ਤਾਂ ਸਾਨੂੰ ਗੱਡੀ ਤਾਂ ਉਹਨਾਂ ਵੱਲੋਂ ਦਿੱਤੀ ਜਾਂਦੀ ਹੈ ਨਾ। ਸੋ ਉਸੇ ਕਿਸਮ ਨਾਲ ਲੋਕਾਂ ਨੂੰ ਇੱਕ ਆਦਤ ਪਾ ਲਈ ਗਈ, ਪਾਈ ਤਾਂ ਰਾਜਨੀਤਿਕ ਲੋਕਾਂ ਨੇ ਹੈ ਕਿ ਉਹਨਾਂ ਨੂੰ ਨਸ਼ੇ, ਸ਼ਰਾਬ, ਕਈ ਤਰ੍ਹਾਂ ਦੇ ਗਿਫਟ ਜਿਹੜੇ ਦਿੱਤੇ ਜਾਂਦੇ ਨੇ ਉਹ ਉਹਨਾਂ ਨੂੰ ਆਦੀ ਹੋ ਗਏ ਤੇ ਉਹ ਪੰਚਾਇਤ ਤੋਂ ਵੀ ਆਸ ਕਰਦੇ ਨੇ, ਆਸ ਰੱਖਦੇ ਨੇ ਕਿ ਉਹ ਗਿਫਟ ਪੰਚਾਇਤ ਦੇ ਕੇਸ 'ਚ ਸਰਪੰਚ ਵੱਲੋਂ ਸਾਨੂੰ ਮਿਲਣਗੇ। ਹਾਂ, ਜਿਹੜਾ ਰੌਲਾ ਪਿਆ ਹੋਇਆ ਉਹ ਨੋਟੀਫਿਕੇਸ਼ਨ ਤੋਂ ਬਾਅਦ 'ਚ ਪਤਾ ਲੱਗੂਗਾ, ਉਹ ਜ਼ਰੂਰ ਹੈ ਕਿ ਜੇਕਰ ਉਹ ਡਾਇਰੈਕਟ ਦੀ ਥਾਂ ਇਨਡਾਇਰੈਕਟ ਪੰਚਾਇਤ ਚੋਣ ਦੇ ਵਿੱਚ ਪ੍ਰਕਿਰਿਆ ਆ ਗਈ ਕਿ ਪਹਿਲਾਂ ਮੈਂਬਰ ਚੁਣੇ ਜਾਣਗੇ, ਮੈਂਬਰ ਹੀ ਸਰਪੰਚ ਚੁਣਨਗੇ, ਤਾਂ ਹੋ ਸਕਦਾ ਇਹ ਜਿਹੜਾ ਦਬਾਅ ਹੈ ਚੋਣ ਦਾ, ਪੈਸੇ ਖਰਚਣ ਦਾ, ਮੈਂਬਰਾਂ 'ਤੇ ਆ ਜਾਵੇ ਕਿ ਉਹ ਬਹੁਤ ਸਾਰੇ ਪੈਸੇ ਖਰਚ ਕੇ ਮੈਂਬਰ ਬਣਨ ਅਤੇ ਉਹਦੀ ਰਿਕਵਰੀ ਸਰਪੰਚ ਬਣਨ ਵੇਲੇ ਕਰਨ, ਇਹ ਵੀ ਚਾਂਸਿਸ ਹੈਗੇ।
ਪਰੰਤੂ ਆਊਟਰਾਈਟਲੀ ਜੇਕਰ ਇਹ ਕਹਿ ਦਈਏ ਕਿ ਕੋਈ ਸਰਪੰਚ ਹੈ ਜਿਹੜਾ ਜਾਂ ਪੰਚ ਹੈ ਜੀਰੋ ਖਰਚੇ ਤੇ ਚੁਣਿਆ ਜਾਏਗਾ, ਇਹਦੀ ਸੰਭਾਵਨਾ ਬਿਲਕੁਲ ਨਹੀਂ ਲੱਗਦੀ। ਇਹ ਕਹਿਣਾ ਅੱਜ ਦੇ ਜ਼ਮਾਨੇ 'ਚ ਅਥਕਥ ਨਹੀਂ ਹੋਵੇਗਾ। ਹਾਂ, ਜਿਹੜੀ ਮਾਨ ਸਾਹਿਬ ਨੇ ਗੱਲ ਕਹੀ ਹੈ, ਇਹ ਗੱਲ ਨੂੰ ਮੈਂ ਦੂਜੀ ਤਰ੍ਹਾਂ ਪੋਜ਼ਿਟਿਵ ਲੈ ਸਕਦਾ ਕਿ ਮਾਨ ਸਾਹਿਬ ਨੇ ਬਤੌਰ ਮੁੱਖ ਮੰਤਰੀ ਇਹ ਬਿਆਨ ਦੇ ਕੇ ਸ਼ਾਇਦ ਸਿਸਟਮ ਤੇ ਇਸ ਕਿਸਮ ਦਾ ਇੱਕ ਔਰਾ ਜਿਹੜਾ ਇਸ ਕਿਸਮ ਦੀ ਪਰਸੈਪਸ਼ਨ ਹੈ ਉਹ ਕ੍ਰੀਏਟ ਕਰਨ ਦਾ ਯਤਨ ਕੀਤਾ ਕਿ ਜੇਕਰ ਪਿੰਡਾਂ ਵਿੱਚ ਸਰਬਸੰਮਤੀ ਨਾਲ ਬਿਨਾਂ ਇਲੈਕਸ਼ਨ ਤੋਂ ਬਿਨਾਂ ਲੜਾਈ ਪੜ੍ਹਾਈ ਤੋਂ ਬਿਨਾਂ ਖਰਚੇ ਤੋਂ ਸਰਪੰਚ ਚੁਣ ਲਏ ਜਾਣ ਤਾਂ ਸਰਕਾਰ ਇਸ ਤਰ੍ਹਾਂ ਦੀ ਵਿਵਸਥਾ ਕਰੇਗੀ ਕਿ ਵਿਕਾਸ ਲਈ ਉਹਨਾਂ ਦੀ ਵੱਧ ਮਦਦ ਕਰ ਸਕਦੀ ਹੈ। ਇਸ ਦਾ ਰਾਜਨੀਤਿਕ ਪਾਰਟੀ ਨੂੰ ਫਾਇਦਾ ਹੁੰਦਾ ਹੈ ਕਿਉਂਕਿ ਜਦੋਂ ਦੋ ਧਿਰਾਂ ਸਿੱਧੀਆਂ ਸਿੱਧੀਆਂ ਬਣ ਜਾਂਦੀਆਂ ਨੇ ਤਾਂ ਜਿਹੜੀ ਇੱਕ ਧਿਰ ਏ ਪਾਰਟੀ ਨਾਲ ਆ ਜਾਂਦੀ ਹੈ ਆਟੋਮੈਟਿਕਲੀ ਜਿਹੜੀ ਬੀ ਧਿਰ ਹੈ ਉਹ ਫਿਰ ਹੋਰ ਦੂਜੀ ਪਾਰਟੀ ਨਾਲ ਜਾਏਗੀ। ਇਸ ਤਰ੍ਹਾਂ ਦੀ ਸਥਿਤੀਆਂ ਬਣਦੀਆਂ ਨੇ। ਇਹਦਾ ਮੈਨੂੰ ਬਿਲਕੁਲ ਜ਼ੀਰੋ ਸੰਭਾਵਨਾ ਲੱਗਦੀ ਹੈ ਕਿ ਆਪਾਂ ਕਹੀਏ ਕਿ ਬਿਨਾਂ ਖਰਚੇ ਤੋਂ ਪੰਚਾਇਤ ਇਲੈਕਸ਼ਨ ਜਾਂ ਮਿਊਂਸਪੈਲਿਟੀ ਦੀ ਇਲੈਕਸ਼ਨ ਜਾਂ ਨੋਟੀਫਾਈਡ ਏਰੀਆ ਕਮੇਟੀ ਦੀ ਇਲੈਕਸ਼ਨ ਹੋ ਸਕੇ, ਕਿਉਂਕਿ ਇਹ ਵਰਤਾਰਾ ਹੈ ਜਿਹੜਾ ਇਹ ਸਾਡੇ ਬਿਲਕੁਲ ਸਮਾਜ ਦੇ ਵਿੱਚ ਅੰਦਰ ਤੱਕ ਘੁਸ ਗਿਆ ਹੈ। ਕੋਈ ਵੀ ਰਾਜਨੀਤਿਕ ਇਲੈਕਸ਼ਨ, ਰਾਜਨੀਤੀ ਤੋਂ ਪ੍ਰੇਰਿਤ ਇਲੈਕਸ਼ਨ ਖਰਚੇ ਬਿਨਾਂ ਸਿਰੇ ਨਹੀਂ ਚੜ ਸਕਦੀ। ਮੈਨੂੰ ਬਿਲਕੁਲ ਇਸ ਕਹਿਣ 'ਚ ਕਿਤੇ ਕੋਈ ਝਿਜਕ ਨਹੀਂ। ਜੀ ਜੀ ਧਾਲੀਵਾਲ ਸਾਹਿਬ, ਦੇਖੋ ਕਿ ਸਾਡੇ ਐਮ ਐਲ ਏਆਂ ਦਾ ਵੀ ਤਾਂ ਕਿੰਨਾ ਦਖਲ ਹੈ। ਐਮ ਐਲ ਏ ਤੋਂ ਬਿਨਾਂ ਪਿੰਡ ਦਾ ਸਰਪੰਚ ਨਹੀਂ ਚੱਲਦਾ। ਹਾਲਾਂਕਿ ਹੋਣਾ ਪਿੰਡ ਦਾ ਸਰਪੰਚ ਚਾਹੀਦਾ, ਪਰ ਜਿਉਂ ਐਮ ਐਲ ਏ ਕਹੂਗਾ ਉਦਾਂ ਹੁੰਦਾ। ਤੁਸੀਂ ਤਾਂ ਜਾਣਦੇ ਹੀ ਹੋ ਕਿ ਪਹਿਲਾਂ ਪਿੰਡਾਂ ਦੇ ਵਿੱਚ ਸਰਪੰਚ ਹੁੰਦੇ ਸੀ। ਪਿੰਡਾਂ ਦੇ ਸਰਪੰਚ ਇਸ ਗੱਲ ਦਾ ਤਹੀਆ ਕਰਦੇ ਸੀ ਕਿ ਸਾਡੇ ਪਿੰਡ ਦਾ ਕੋਈ ਕੇਸ, ਕੋਈ ਲੜਾਈ ਝਗੜਾ ਥਾਣੇ ਨਾ ਜਾਵੇ, ਪਿੰਡ ਦੀ ਪੰਚਾਇਤ ਉਸ ਗੱਲ ਨੂੰ ਨਿਬੇੜ ਦੇ। ਪਰ ਅੱਜ ਪੰਚਾਇਤਾਂ ਦੀ ਪ੍ਰਾਇਓਰਟੀ ਇਹ ਹੋ ਗਈ ਕਿ ਬੰਦਿਆਂ ਨੂੰ ਥਾਣੇ ਦੇ ਵਿੱਚ ਭੇਜੋ, ਉੱਥੇ ਸਮਝੌਤਾ ਕਰਾਵਾਂਗੇ। ਯਾਨੀ ਕਿ ਪਿੰਡ ਦਾ ਤੇ ਪੰਚਾਇਤ ਦਾ ਵੀ ਸਿਆਸੀਕਰਨ ਹੋ ਗਿਆ। ਬਿਲਕੁਲ, ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਲੀਅਰ ਕਰਤੀ ਵੀ ਇਹਦੇ ਵਿੱਚ ਬਿਲਕੁਲ ਕਿਤੇ ਵੀ ਕੋਈ ਝੂਠ ਨਹੀਂ ਹੈਗਾ। ਉਹਦਾ ਵੀ ਸਿਆਸੀਕਰਨ ਹੋ ਗਿਆ ਤੇ ਰਾਜਤੰਤਰ ਦਾ, ਜਿਹੜੇ ਆਫੀਸਰ ਨੇ ਉਹਨਾਂ ਦਾ ਸਿਆਸੀਕਰਨ ਹੈ। ਤੇ ਇਹਦੇ ਵਿੱਚ ਇਹ ਵੀ ਦਿੱਕਤ ਹੈ, ਪਿਛਲੇ ਸਮੇਂ ਵਿੱਚ ਦੇਖਣ 'ਚ ਆਇਆ ਹੈ ਕਿ ਜੇਕਰ ਪੰਚਾਇਤ ਦੀ ਚੋਣ ਹੁੰਦੀ ਹੈ, ਜੇ ਜਿੱਥੇ ਵੀ ਜਿਹੜੀ ਪੰਚਾਇਤ 'ਚ ਜਿਹੜੇ ਪਿੰਡ 'ਚ ਸੱਤਾਧਾਰੀ ਧਿਰ ਦਾ ਸਰਪੰਚ ਜਿੱਤਣ ਦੇ ਨੇੜੇ ਤੇੜੇ ਨਹੀਂ, ਤਾਂ ਉਹਦਾ ਦੂਜਾ ਹੱਲ ਵੀ ਲੱਭਿਆ ਜਾਂਦਾ ਕਿ ਉਹਦੇ ਸਾਰੇ ਵਿਰੋਧੀਆਂ ਦੇ ਕਾਗਜ਼ ਹੀ ਕੈਂਸਲ ਹੋ ਜਾਂਦੇ ਨੇ। ਕਿਸੇ ਨਾ ਕਿਸੇ ਦੋਸ਼ ਲਾ ਕੇ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਜਾਂਦੇ ਨੇ, ਬਾਅਦ 'ਚ ਕੋਰਟਾਂ 'ਚ ਲੰਮਾ ਸਮਾਂ ਤੁਰੇ ਰਹਿਣ, ਪਰੰਤੂ ਇੱਕ ਵਾਰੀ ਉਹਨਾਂ ਦੇ ਪੱਖ ਦਾ ਸਰਪੰਚ ਹੈ ਜਿਹੜਾ ਉਹ ਡਿਕਲੇਅਰ ਹੋ ਜਾਂਦਾ ਹੈ। ਸੋ ਇਸ ਕਰਕੇ ਇਹਨੂੰ ਅਸੀਂ ਇਹ ਵੀ ਕਹਿੰਦੇ ਹਾਂ ਕਿ ਜਿਹੜਾ ਸਰਪੰਚ ਬਿਨਾਂ ਖਰਚੇ ਤੋਂ ਐਮ ਐਲ ਏ ਦੇ ਬਲਬੂਤੇ ਨਾਲ ਉਹਦੀ ਤਾਕਤ ਨਾਲ ਚੁਣਿਆ ਜਾਂਦਾ ਤਾਂ ਉਹਨੂੰ ਕੁੱਝ ਚੜਾਵਾ ਪਾਰਟੀ ਦੇ ਤੌਰ ਤੇ ਉੱਥੇ ਵੀ ਚੜਾਉਣਾ ਪੈਂਦਾ। ਏਦਾਂ ਏਦਾਂ ਕੋਈ ਰਾਜਨੀਤਿਕ ਪਾਰਟੀ ਵੈਸੇ ਕਿਸੇ ਦੀ ਮਦਦ ਨਹੀਂ ਕਰਦੀ, ਕੋਈ ਕਮਲਾ ਨਹੀਂ ਹੈਗਾ ਇਸ ਸਿਸਟਮ 'ਚ। ਸੋ ਇਸ ਕਰਕੇ ਜਿਹੜੀ ਇਹ ਕਰਪਸ਼ਨ ਹੈ ਉਹਦੀ ਵਿਧੀ ਕਿਹੜੀ ਹੈ ਇਹ ਗੱਲ ਵੱਖਰੀ ਹੈ, ਪਰੰਤੂ ਕਰਪਸ਼ਨ ਨੂੰ ਜੀਰੋ ਕਰਨਾ, ਜੀਰੋ ਮੰਨ ਲੈਣਾ, ਇਹਦੇ ਨਾਲ ਮੈਂ ਕਿਤੇ ਵੀ ਸਹਿਮਤ ਨਹੀਂ। ਇਹ ਰਹਿਣੀ ਹੈ ਇਸ ਸਿਸਟਮ ਦੇ ਵਿੱਚ। ਜੀ ਜੀ ਬਿਲਕੁਲ ਬਿਲਕੁਲ, ਕਰਪਸ਼ਨ ਚੱਲਦੀ ਰਹਿਣੀ ਡਾਕਟਰ ਸਾਹਿਬ, ਸਿਆਸਤ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ। ਸੋ ਬਹੁਤ ਸੋਹਣੀ ਤੁਸੀਂ ਗੱਲਬਾਤ ਕੀਤੀ, ਸਮਝਾਇਆ ਪੰਜਾਬੀਆਂ ਨੂੰ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਹਾਡਾ ਧੰਨਵਾਦ। ਮਿਹਰਬਾਨੀ ਜੀ। ਜੀ ਦੋਸਤੋ, ਧਾਲੀਵਾਲ ਸਾਹਿਬ ਦੇ ਤਜਰਬਿਆਂ ਤੋਂ ਆਪਾਂ ਨੇ ਪੰਚਾਇਤੀ ਸਿਸਟਮ ਨੂੰ ਸਮਝਿਆ।
ਸੋ ਤੁਸੀਂ ਆਪਣੀ ਫੀਡਬੈਕ ਸਾਨੂੰ ਇਹਨਾਂ ਮਾਮਲਿਆਂ 'ਤੇ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਕਿ ਤੁਸੀਂ ਕੀ ਸੋਚਦੇ ਹੋ, ਤੁਹਾਡੇ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ। ਧੰਨਵਾਦ।